ਮੋਗਾ ਜ਼ਿਲ੍ਹੇ ਦੇ ਬਾਗਾਪੁਰਾਣਾ ਸਬਡਿਵੀਜ਼ਨ ਦੇ ਗੁਰਤੇਗ ਬਹਾਦਰਗੜ ਵਿਖੇ ਸਰਕਾਰੀ ਸਕੂਲ ਖੁੱਲੇ ਜਾਣ ਦੇ 100 ਸਾਲਾਂ ਬਾਅਦ ਵੀ ਇਹ ਸੰਸਥਾ ਹੁਣ ਪਿਛਲੇ 2 ਦਹਾਕਿਆਂ ਤੋਂ ਲਗਾਤਾਰ ਰਾਜ ਸਰਕਾਰਾਂ ਦੇ ਕਥਿਤ ਉਦਾਸੀਨ ਰਵੱਈਏ ਦੇ ਕਾਰਨ ਆਪਣੀ ਹੋਂਦ ਦੇ ਵਾਸਤੇ ਲਗਾਤਾਰ ਜੂਝ ਰਹੀ ਹੈ। ਇਸ ਸੰਸਥਾ ਨੂੰ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ 스마트 ਸਕੂਲ ਐਲਾਨਿਆ ਗਿਆ ਸੀ। ਸਾਇੰਸ ਅਤੇ ਕਾਮਰਸ ਟਰੇਨ ਦੇ ਬੰਦ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਕਮੀ ਆਈ ਹੈ। ਦੱਸਦੀ ਹੈ ਕਿ ਇੱਥੇ ਕੁੱਲ ਅਧਿਆਪਕਾਂ ਦੇ ਵਾਸਤੇ ਜੋ ਗਿਣਤੀ ਕਰਾਰ ਰੱਖਣ ਦੀ ਪ੍ਰਵਾਨਿਤ ਗਿਣਤੀ ਹੈ ਉਹ 30 ਹੈ ਪਰ ਇਸ ਵੇਲੇ ਸਿਰਫ 18 ਹੀ ਮੌਜੂਦ ਨੇ ਜੋ ਕਿ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਦੱਸ ਦਈਏ ਕਿ ਬ੍ਰਿਟਿਸ਼ ਰਾਜ ਦੇ ਦੌਰਾਨ 1920 ਵਿੱਚ ਸਥਾਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰ ਗੜ ਰੋਡੇ ਨੇ ਇੱਕ ਵਾਰ ਰਾਜ ਸਰਕਾਰ ਨੂੰ ਖੇਤਰ ਵਿੱਚ ਇੱਕ ਵਿਦਿਅਕ ਹੱਬ ਦੇ ਵਜੋਂ ਸਥਾਪਿਤ ਹੋਣ ਦੇ ਵਾਸਤੇ ਵੀ ਪ੍ਰੇਰਿਤ ਕੀਤਾ ਸੀ ਸਰਕਾਰ ਵੱਲੋਂ ਸਕੂਲ ਦੇ ਆਸ-ਪਾਸ ਇੱਕ ਸਰਕਾਰੀ ਪੋਲੀਟੈਕਨਿਕ ਅਤੇ ਇੱਕ ਡਿਗਰੀ ਕਾਲਜ ਖੋਲ੍ਹਿਆ ਗਿਆ ਸੀ ਜਿਸ ਨਾਲ ਘੱਟੋ-ਘੱਟ 25 ਨੇੜਲੇ ਪਿੰਡਾਂ ਦੇ ਵਿਦਿਆਰਥੀ ਬਿਹਤਰ ਕਰੀਅਰ ਤੇ ਮੌਕਿਆਂ ਦੇ ਲਈ ਆਪਣੇ ਘਰਾਂ ਦੇ ਨੇੜੇ ਡਿਪਲੋਮਾ ਅਤੇ ਡਿਗਰੀ ਕੋਰਸ ਪੂਰਾ ਕਰਨ ਦਾ ਮੌਕਾ ਮਿਲਦਾ ਹੈ ਇਸ ਦੇ ਬਾਰੇ ਵਿੱਚ ਗੁਰਚਰਨ ਸਿੰਘ ਬਰਾੜ ਜੋ ਕਿ ਪਿੰਡ ਦੇ ਇੱਕ ਬਜ਼ੁਰਗ ਨਿਵਾਸੀ ਨੇ ਉਹ ਕਹਿੰਦੇ ਨੇ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਨੇੜਲੇ ਪਿੰਡਾਂ ਦੇ ਵਿੱਚ ਸਕੂਲ ਦੀ ਮੌਜੂਦਗੀ ਕਿੰਨੀ ਢੁਗੀ ਹੈ ਰੋਡੇ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਲਗਭਗ ਹਰ ਘਰ ਵਿੱਚ ਕੋਈ ਨਾ ਕੋਈ ਅਜੀਹਾ ਵਿਅਕਤੀ ਹੈ ਜਿਸ ਨੇ ਇਸ ਸਕੂਲ ਤੋਂ ਸਿੱਖਿਆ ਹਾਸਲ ਕੀਤੀ ਹੈ ਸਥਾਨਕ ਲੋਕਾਂ ਦਾ ਇਸ ਸਕੂਲ ਦੇ ਨਾਲ ਵਿਸ਼ੇਸ਼ ਤੌਰ ਤੇ ਸਬੰਧ ਹੈ ਅਤੇ ਇਹ ਸਾਰੇ ਲੋਕ ਇਸ ਸਕੂਲ ਨੂੰ ਆਪਣੇ ਇੱਕ ਮੋਹਬਤ ਦੇ ذریعے ਦੇ ਬੱਚੋਂ ਵੀ ਅਕਸਰ ਹੀ ਵੇਖਦੇ ਨੇ ਉਹਨਾਂ ਕਿਹਾ ਇੱਕ ਸਕੂਲ ਪਿਛਲੇ 100 ਸਾਲਾਂ ਤੋਂ ਇਸ ਖੇਤਰ ਦੇ ਗਰੀਬ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਰਾਜ ਸਰਕਾਰ ਨੂੰ ਆਪਣੇ ਮਾਨ ਨੂੰ ਬਹਾਲ ਕਰਨਾ ਚਾਹੀਦਾ ਹੈ ਅਦੇ ਬੁਨਿਆਦੀ ਢਾਂਚੇ ਨੂੰ ਬਹਾਲ ਰੱਖ ਕੇ ਅਤੇ ਪ੍ਰਭਾਵੀ ਤਾਕਤ ਅਨੁਸਾਰ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਕੇ ਉਸ ਨੂੰ ਇੱਕ ਉੱਗੇ ਸਕੂਲ ਬਣਾਉਣ ਦੇ ਵਾਸਤੇ ਕਵਾਇਦ ਸ਼ੁਰੂ ਕਰ ਦੇਣੇ ਚਾਹੀਦੇ ਹੈ ਸਕੂਲ ਦੇ ਪ੍ਰਿੰਸੀਪਲ ਦਿਲਬਖ ਸਿੰਘ ਬਰਾੜ ਨੇ ਦੱਸਿਆ ਹੈ ਕਿ ਕੁਝ ਸਾਲ ਪਹਿਲਾਂ ਇਸ ਸੰਸਥਾ ਨੂੰ ਸਰਕਾਰ ਵੱਲੋਂ ਸਮਾਰਟ ਸਕੂਲ ਕੋਸ਼ਿਤ ਕੀਤਾ ਗਿਆ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਸਾਇੰਸ ਅਤੇ ਕਾਮਰਸ ਸਟਰੀਮ ਦੇ ਬੰਦ ਹੋਣ ਦੇ ਕਾਰਨ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਹੋ ਰਹੀ ਹੈ ਸਾਇੰਸ ਸਟਰੀਮ ਨੂੰ 2004 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਜਦੋਂ ਕਿ ਕਾਮਰਸ ਸਟਰੀਮ ਨੂੰ 2020 ਵਿੱਚ ਅਧਿਆਪਕਾਂ ਦੇ ਤਬਾਦਲੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ ਸਰਕਾਰ ਨੇ ਇਹਨਾਂ ਅਸਾਮੀਆਂ ਨੂੰ ਭਰਿਆ ਹੀ ਨਹੀਂ ਜਿਸ ਕਾਰਨ ਵਿਦਿਆਰਥੀਆਂ ਨੂੰ ਦੂਸਰੇ ਸਕੂਲਾਂ ਦੇ ਵਿੱਚ ਜਾਣ ਦੇ ਵਾਸਤੇ ਮਜਬੂਰ ਹੋਣਾ ਪਿਆ ਸਕੂਲ ਦੇ ਪ੍ਰਿੰਸੀਪਲ ਨੇ ਇਸ ਦੇ ਬਾਰੇ ਵਿੱਚ ਇਹ ਵੀ ਕਿਹਾ ਕਿ دہਾਕਿਆਂ ਤੋਂ 700 ਤੋਂ ਲੈ ਕੇ 800 ਵਿਦਿਆਰਥੀਆਂ ਦੇ ਨਾਲ ਇਸ ਸਕੂਲ ਦੀ ਤਾਕਤ ਹਮੇਸ਼ਾ ਸ਼ਾਤ ਚੰਗੀ ਰਹੀ ਹੈ ਪਰ ਸਾਇੰਸ ਅਤੇ ਕਾਮਰਸ ਸਟਰੀਮ ਦੇ ਬੰਦ ਹੋਣ ਤੋਂ ਬਾਅਦ ਇਸ ਸਿਰਫ 218 ਵਿਦਿਆਰਥੀ ਹੀ ਰਹਿ ਗਏ ਨੇ। ਉਹਨਾਂ ਕਿਹਾ ਹੈ ਕਿ ਅਧਿਆਪਕਾਂ ਦੀ ਪ੍ਰਵਾਨਿਤ ਗਿਣਤੀ 35 ਹੈ ਪਰ ਮੌਜੂਦਾ ਸਮੇਂ ਦੇ ਵਿੱਚ ਸਿਰਫ 18 ਹੀ ਇੱਥੇ ਸੇਵਾਮਾਰੀ ਬਾਰੇ ਨੇ। ਉਹਨਾਂ ਕਿਹਾ ਹੈ ਕਿ ਅਸੀਂ ਪੀਡੀਐਸ ਸਕੀਮ ਦੇ ਤਹਿਤ ਇੱਕ ਅਧਿਆਪਕ ਦੀ ਸਥਾਨਕ ਵਿਵਸਥਾ ਵੀ ਕੀਤੀ ਹੈ। ਪਰੰਤੂ ਫਿਰ ਵੀ ਆਖਿਰ ਕਿਸ ਹਦ ਤੱਕ ਅ ਤੱਕ ਅਸੀਂ ਇਸ ਤਰ੍ਹਾਂ ਨਾਲ ਸਿਰਫ ਗੁਜ਼ਾਰੇ ਲਈ ਟੀਚਰ ਰੱਖ ਸਕਦੇ ਹਾਂ। ਸਰਕਾਰ ਨੂੰ ਇਸ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ। ਸਕੂਲ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਦੇ ਲਈ 24 ਕੰਪਿਊਟਰ ਅਤੇ 65 ਤੇ ਕਿਤਾਬਾਂ ਵਾਲੀ ਇੱਕ ਵਧੀਆ ਲਾਇਬ੍ਰੇਰੀ ਵੀ ਹੈ ਪਰ ਦਹਾਕਿਆਂ ਪੁਰਾਣੀ ਇਮਾਰਤ ਨੂੰ ਕਾਇਮ ਰੱਖਣ ਅਤੇ ਸਕੂਲ ਵੱਲ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਬਹੁਤ ਕੁਝ ਕਰਨ ਦੀ ਹਾਲੀ ਵੀ ਲੋੜ ਹੈ ਇਸ ਦੇ ਬਾਰੇ ਵਿੱਚ ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ ਸਾਨੂੰ ਹੁਣ ਜ਼ਰੂਰਤ ਦੇ ਮੁਤਾਬਕ ਇੱਥੇ ਪੇਂਟ ਕਰਨ ਅਤੇ ਛੋਟੀਆਂ ਵੱਡੀਆਂ ਮੁਰੰਮਤਾਂ ਕਰਨ ਦੇ ਵਾਸਤੇ 2.5 ਲੱਖ ਰੁਪਏ ਮਿਲੇ ਨੇ ਜੋ ਕਿ ਸਕੂਲ ਨੂੰ ਨਵਾਂ ਰੂਪ ਦੇਣ ਦੇ ਲਈ ਖਰਚ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਸਕੂਲ ਦੇ ਵਿੱਚ ਐਥਲੈਟਿਕਸ ਦੇ ਲਈ 400 ਮੀਟਰ ਦਾ ਟਰੈਕ ਹੈ ਫੁੱਟਬਾਲ ਗਰਾਊਂਡ ਅਤੇ ਹੋਰ ਖੇਡਾਂ ਦੇ ਲਈ ਸਹੂਲਤਾਂ ਨੇ ਪਰ ਸਰੀਰਕ ਸਿੱਖਿਆ ਦਾ ਅਧਿਆਪਕ ਹੀ ਜਦੋਂ ਮੌਜੂਦ ਨਾ ਹੋਵੇ ਤਾਂ ਕੋਈ ਇਹਨਾਂ ਸਾਰੀਆਂ ਸਹੂਲਤਾਂ ਦੇ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦਾ ਫਾਇਦਾ ਲੈ ਸਕਦਾ ਹੈ ਤਾਂ ਬਾਕੀ ਤੁਸੀਂ ਇਸ ਸਾਰੀ ਦੀ ਸਾਰੀ ਗੱਲਬਾਤ ਅਤੇ ਦਹਾਕਿਆਂ ਪੁਰਾਣੇ ਜੀ ਹਾਂ ਇੱਕ ਸਦੀ ਤੋਂ ਜ਼ਿਆਦਾ ਪੁਰਾਣੇ ਇਸ ਸਕੂਲ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬ ਵਾਈਸ ਓਨਲੀ ਫਾਰ ਆਈਟਸ ਐਂਡ ਆ ਸਕਿਊਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬ ਵਾਈਸ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਐਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਐਡਵਾਈਸ ਇਟ ਵਿਲ ਬੀ ਰੀ रियली हेल्पफुल फॉर यू संपर्क करने के लिए हुने कॉल करो दिल्ली ब्रांच के लिए 9696875875 पंजाब के चंडीगढ़ ब्रांच के लिए 8725875875 साडे यूट्यूब चैनल नूं सबसक्राइब करो